ਗੁਰੂ ਨਗਰੀ ਵਿੱਚ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਤਕਰੀਬਨ 50 ਤੋਂ ਵੱਧ ਮੌਤਾਂ ਹੋਣ ਦਾ ਖਸਾ ਜਤਾਇਆ ਜਾ ਰਿਹਾ ਹੈ। ਜੋੜਾ ਬਾਜ਼ਾਰ ਨੇੜੇ ਦੁਸ਼ਹਿਰਾ ਉਤਸਵ ਦੌਰਾਨ ਲੋਕ ਰੇਲਵੇ ਟਰੈਕ ਉੱਪਰ ਖੜ੍ਹੇ ਹੋ ਕੇ ਰਾਵਣ ਦਹਿਨ ਦੇਖ ਰਹੇ ਸੀ ਕਿ ਉੱਥੇ ਟ੍ਰੇਨ ਆ ਗਈ ਅਤੇ ਸੈਂਕੜੇ ਲੋਕ ਤੇਜ਼ ਰਫ਼ਤਾਰ ਗੱਡੀ ਦੀ ਚਪੇਟ ਵਿੱਚ ਆ ਗਏ। ਦਰਦਨਾਕ ਦੁਰਘਟਨਾ ਵਿੱਚ ਮੌਤਾਂ ਦੀ ਗਿਣਤੀ ਵਧਣ ਦਾ ਵੀ ਖਸਾ ਹੈ। ਇਹ ਟ੍ਰੇਨ ਜਲੰਧਰ ਵਾਲੇ ਪਾਸਿਓਂ ਅੰਮ੍ਰਿਤਸਰ ਨੂੰ ਜਾ ਰਹੀ ਸੀ। ਇਸ ਹਾਦਸੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੀਆਂ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਫੌਰੀ ਮਦਦ ਅਤੇ ਜ਼ਖਮੀਆਂ ਲਈ ਮੁਫ਼ਤ ਇਲਾਜ ਦਾ ਐਲਾਨ ਵੀ ਕੀਤਾ ਹੈ। ਅੱਜ ਮੈਂ ਸ਼ਾਮ ਨੂੰ ਟੈਲੀਵਿਜ਼ ਜਾਣਾ ਸੀ, ਜਿੱਥੇ ਡੈਲੀਗੇਸ਼ਨ ਜਾ ਰਿਹਾ ਸੀ ਇਜ਼ਰਾਈਲੀ ਗਵਰਨਮੈਂਟ ਦੇ ਨਾਲ ਕੁਝ MOUs ਵਗੈਰਾ ਸਾਈਨ ਕਰਨੇ ਸੀ। ਅਸੀਂ ਉਹ ਮੈਨੇ ਪੋਸਟਪੋਨ ਕਰ ਦਿੱਤਾ ਹੈ ਔਰ ਮੈਂ ਕੱਲ੍ਹ ਸਵੇਰੇ ਜਾ ਰਿਹਾ ਅੰਮ੍ਰਿਤਸਰ ਜਿੱਥੇ ਇਹ ਹਾਦਸਾ ਹੋਇਆ, ਜਿੱਥੇ ਇੰਨੇ ਲੋਕ, ਅੱਜ ਇਹ ਵੀ ਨਹੀਂ ਪਤਾ ਸਾਨੂੰ ਕਿ ਕਿੰਨੇ ਲੋਕ ਨੇ ਜੋ ਇਸ ਰੇਲ ਹਾਦਸੇ ਦੇ ਵਿੱਚ ਉਹਨਾਂ ਨੂੰ ਜਾਂ ਤਾਂ ਮੌਤ ਹੋਈ ਹੈ ਉਹਨਾਂ ਦੀ ਜਾਂ ਉਹਨਾਂ ਜ਼ਖਮੀ ਹੋਏ ਨੇ। ਅਸੀਂ ਪੰਜਾਬ ਸਰਕਾਰ ਨੂੰ ਮੈਂ ਪੂਰਾ ਤੈਨਾਤ ਕੀਤਾ ਹੋਇਆ ਔਰ ਮੈਂ ਕਿਹਾ ਹੋਇਆ ਕਿ ਜਿੰਨੇ ਵੀ ਸਾਨੂੰ ਹੋਸਪਿਟਲ ਨੇ ਉੱਥੇ ਕਮਰੇ ਬੁੱਕ ਕਰੋ, ਉੱਥੇ ਬੰਦਿਆਂ ਨੂੰ ਲੈ ਕੇ ਜਾਓ, ਜੋ ਉਹਨਾਂ ਦਾ ਖਰਚਾ ਹੋਏਗਾ ਪੰਜਾਬ ਸਰਕਾਰ ਕਰੇਗੀ। ਜਿਨ੍ਹਾਂ ਵਿਚਾਰੇ ਬੰਦਿਆਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦੇਖਭਾਲ ਕਰਾਂਗੇ। ਕੋਈ ਅਸੀਂ ਇਹੋ ਜਿਹੀ ਗੱਲ ਛੱਡਣੀ ਨਹੀਂ ਜਿਹਦੇ ਨਾਲ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਜਿੰਨੀ ਵੀ ਇਸ ਦੁਰਘਟਨਾ ਜਿਹੜੀ ਹੋਈ ਹੈ ਉਹਨਾਂ ਨੂੰ ਦੁੱਖ ਪਹੁੰਚਿਆ, ਉਹਨਾਂ ਨੂੰ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਪੂਰੀ ਹਮਦਰਦੀ ਉਹਨਾਂ ਨਾਲ ਹੈ ਔਰ ਮੈਂ ਇਹ ਪੋਸਟਪੋਨ ਕਰਕੇ ਸਵੇਰੇ ਜਾ ਰਿਹਾ ਅੰਮ੍ਰਿਤਸਰ ਤਾਂ ਕਿ ਮੈਂ ਸਾਰਿਆਂ ਨੂੰ ਉੱਥੇ ਆਪ ਮਿਲ ਸਕਾਂ ਔਰ ਦੇਖ ਸਕਾਂ ਕਿ ਹੋਰ ਕੀ ਅਸੀਂ ਕਰ ਸਕਦੇ ਹਾਂ ਉਹਨਾਂ ਪਰਿਵਾਰਾਂ ਵਾਸਤੇ। ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੇ ਵੀ ਇਸ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅੱਜ ਸ਼ਾਮ ਕੋ ਜੋ ਦੁਖਦ ਘਟਨਾ ਟ੍ਰੇਨ ਐਕਸੀਡੈਂਟ ਕੀ ਅੰਮ੍ਰਿਤਸਰ ਕੇ ਅੰਦਰ ਹੋਈ, ਉਸੇ ਬਹੁਤ ਗਹਿਰਾ ਦੁੱਖ ਮੁਝੇ ਹੋਆ ਹੈ। ਮੈਨੇ ਇਮੀਡੀਏਟਲੀ ਸਭ ਕੰਸਰਨ ਆਫਿਸਰਸ, ਹਮਾਰੇ DG ਸਰ ਔਰ ਜੋ ਵੀ ਅਥਾਰਿਟੀਜ਼ ਵਹਾਂ ਉਨਕੋ ਡਿਰੈਕਸ਼ਨਸ ਦੀਏ ਹੈ ਕਿ ਇਸ ਆਪਦਾ ਸੇ ਨਿਪਟਨੇ ਕੇ ਲੀਏ ਜੋ ਕੁਛ ਵੀ ਵੋ ਕਰ ਸਕਤੇ ਹੈ ਵੋ ਕਰਨੇ ਕੀ ਚੇਸ਼ਟਾ ਅਰਜੈਂਟਲੀ ਇਮੀਡੀਏਟਲੀ ਕਰੇ। ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸਹੀ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੇ ਸਰਕਾਰ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ। ਦੇਖਣ ਆਏ ਥੇ ਉਨਕੋ ਪਤਾ ਵੀ ਨਹੀਂ ਲਗਾ ਕਿ ਰਮਨ ਕਬ ਸੜਾ ਕਬ ਨਹੀਂ ਸੜਾ। ਗੱਡੀ ਆਈ ਰੇਲਵੇ ਮੰਤਰੀ ਕੇ ਕਿਤਨੇ ਲੋਕ ਮਿਸਿੰਗ ਹੈ ਸਰ? ਮੇਰੇ ਬਾਰੇ ਤੇਰੇ ਮੇਰੇ ਇੱਕ ਛੋਟਾ ਨਿੰਨਾ ਮੁੰਨਾ, ਮੇਰਾ ਭਰਾ ਵੀ, ਮੇਰਾ ਭਾਈ ਵੀ ਆਇਆ ਤਾ, ਛੋਟਾ ਗਾਂਵ ਸੇ ਆਇਆ ਤਾ ਘੁੰਮਣ ਫਿਰਨ ਆਇਆ ਤਾ, ਔਰ ਮੇਰੇ ਇੱਕ ਭਾਈ ਵੀ ਆਇਆ ਤਾ ਰਾਜ ਮਿਸਤਰੀ ਕੰਮ ਕਰਦਾ ਤਾ, ਉਹ ਵੀ ਚਲਾ ਗਿਆ ਸਰ, ਉਸਕਾ ਪਤਾ ਵੀ ਨਹੀਂ ਲਗਾ ਸਰ। ਕਿਤਨੇ ਲੋਕ ਮਿਸਿੰਗ ਹੈ ਆਪਕੇ ਸਰ? 15-20 ਆਦਮੀ ਮੇਰੇ ਆਦਮੀ ਹੈ, 15-20 ਆਦਮੀ ਸਰ, ਇਹ UP ਬਿਹਾਰ ਸੇ ਆਏ। ਮੇਰੇ ਰਾਮਣ ਦੇਖਣ ਆਏ ਇੱਥੇ ਤੇ ਇਧਰੋਂ ਪਿੱਛੋਂ ਗੱਡੀ ਆਈ, ਉਹਨੇ ਹਾਰਨ ਵੀ ਨਹੀਂ ਮਾਰਿਆ ਤੇ ਉਹਨੇ ਗੱਡੀ ਵਾਲੇ ਹਾਰ ਨਹੀਂ ਮਾਰਿਆ ਤੇ ਪਾਪਾ ਮੇਰੇ ਥੱਲੇ ਆ ਗਏ, ਤੇ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਵਾ। ਇਸ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਉੱਤੇ ਵੀ ਸਵਾਲ ਉੱਠ ਰਹੇ ਹਨ ਕਿ ਰੇਲਵੇ ਟਰੈਕ ਨੇੜੇ ਦੁਸ਼ਹਿਰਾ ਕਿਉਂ ਮਨਾਉਣ ਦਿੱਤਾ ਗਿਆ, ਜਿਸ ਦੀ ਜਾਂਚ ਕਰਨ ਦੀ ਪੁਲਿਸ ਨੂੰ ਗੱਲ ਵੀ ਕਹਿ ਰਹੀ ਹੈ। देखिए एक जो हादसा हुआ है दशहरे के दिन पे, जो दशहरा मनाया जा रहा था, इस एरिया में भीड़ भाड़ काफी थी और रेलवे ट्रैक्स बिल्कुल बगल में ही है उसके, और उसमें जो है ये हादसा हुआ है और कैजुअलिटीज काफी ज्यादा हैं, 50-60 हैं। हम लोग अभी भी वी आर इन द प्रोसेस ऑफ रिमूविंग बॉडीज एंड टेकिंग केयर ऑफ, तो हमें वो सारा एक बार कर लेने दीजिए, देन वील ब्रीफ यू। समागम की परमिशन ली गई थी? परमिशन समागम की बहुत सारी जगह की है, यहाँ ट्रेडिशनली मनाया जाता है, वील लेट यू नो, वी आर, हमें पहले अपना प्रायोरिटी पे काम कर लेना। जानकारी मिल रही है कि पंजाब के राज्यपाल VP सिंह बदनौर और रेल मंत्री भी इतने पहुंच रहे हैं और उन्हां वालों मृतकों के वारसों नाल और जख्मियों नाल मुलाकात की जाएगी। ब्यूरो रिपोर्ट, चैनल Y।